ਸਾਡੇ ਨਾਲ ਟ੍ਰੇਲਰ ਲਾਂਚ ਤੇ ਮੌਜੂਦ ਨੇ ਬਚਨ ਬੇਦਲ ਜੀ ਬਹੁਤ ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਸਰ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਲਾਡਲਾ ਹੀਰੋ ਬਣਨ ਜਾ ਰਿਹਾ ਕਿਵੇਂ ਦਾ ਲੱਗ ਰਿਹਾ ਬਹੁਤ ਚੰਗਾ ਲੱਗ ਰਿਹਾ ਕਿਉਂਕਿ ਉਸ ਡਾਇਰੈਕਟਰ ਦੇ ਨਾਲ ਕੰਮ ਕਰ ਰਿਹਾ ਜਿਹੜਾ ਆਲਰੇਡੀ ਇਸ ਪੰਜਾਬ ਨੂੰ ਇੰਨੇ ਵਧੀਆ ਵਧੀਆ ਗਾਣੇ ਦੇ ਚੁੱਕਾ ਹੈ ਵੱਡੇ ਗਾਣੇ ਦੇ ਚੁੱਕਾ ਹੈ ਅਤੇ ਉਹਦੀ ਫਸਟ ਮੂਵੀ ਹੈ ਫਸਟ ਮੂਵੀ ਜਿਹੜੀ ਹੁੰਦੀ ਹੈ ਪਹਿਲੀ ਮੁਹੱਬਤ ਵਰਗੀ ਹੁੰਦੀ ਹੈ ਅਤੇ ਉਹਦੇ ਵਿੱਚ ਕੰਮ ਕਰ ਰਿਹਾ ਇੱਕ ਟੀਨ ਏਜ ਦੇ ਹੀਰੋ ਦਾ ਉਹਦਾ ਰੋਲ ਹੈਗਾ ਜਿਹੜਾ ਉਹਦੀ ਸ਼ਕਲ ਨੂੰ ਉਹਦੀ ਸੂਰਤ ਨੂੰ ਉਹਦੀ ਸੀਰਤ ਨੂੰ ਢੁੱਕਦਾ ਮੈਂ ਅੱਜ ਪਹਿਲੀ ਵਾਰ ਟੇਲਰ ਦੇਖਿਆ ਔਰ ਮੇਰੇ ਦਿਲ ਨੂੰ ਤਸੱਲੀ ਹੋਈ ਗਾਇਕੀ ਦੀ ਗੱਲ ਕਰੀਏ ਤਾਂ ਤੁਸੀਂ ਇੱਕ ਲੈਜੈਂਡ ਹੋ ਰਾਈਟ ਅਤੇ ਤੁਹਾਡੇ ਟਾਈਮ ਦੀ ਗਾਇਕੀ ਅਤੇ ਅੱਜ ਦੀ ਗਾਇਕੀ ਵਿੱਚ ਕੀ ਫਰਕ ਵੇਖਦੇ ਹੋ ਤੁਸੀਂ ਦੇਖੋ ਹਰ ਤਰ੍ਹਾਂ ਦੀ ਗਾਇਕੀ ਹਰ ਸਮੇਂ ਪਹਿਲਾਂ ਵੀ ਮਾੜੀ ਸੀ ਚੰਗੀ ਵੀ ਸੀ ਅਤੇ ਅੱਜ ਵੀ ਬਹੁਤ ਨਵੇਂ ਮੁੰਡੇ ਜਿਹੜੇ ਲਿਖ ਰਹੇ ਨੇ ਨਵੇਂ ਸ਼ਾਇਰ ਨੇ ਨਵੇਂ ਗੀਤਕਾਰ ਨੇ ਬਹੁਤ ਅੱਛੇ ਗਾਣੇ ਬੜੇ ਅੱਛੇ ਖਿਆਲ ਅਤੇ ਜਿਨ੍ਹਾਂ ਦੇ ਗਾਣੇ ਪੂਰੀ ਦੁਨੀਆ ਵਿੱਚ ਸੁਣੇ ਜਾਂਦੇ ਨੇ ਪਹਿਲਾਂ ਗਾਣੇ ਪੰਜਾਬ ਤੱਕ ਸੀਮਤ ਸੀ ਅੱਜ ਪੂਰੀ ਦੁਨੀਆ 'ਚ ਸੁਣਿਆ ਜਾਂਦਾ ਪੰਜਾਬੀ ਗਾਣਾ ਤਾਂ ਇਹ ਨਵੀਂ ਕਲਮਾਂ ਦੀ ਕਮਾਲ ਹੈ ਤੁਹਾਨੂੰ ਲੱਗਦਾ ਕਿ ਪਹਿਲੇ ਤੁਹਾਡੇ ਸਮੇਂ ਵਿੱਚ ਇੰਨੀ ਬੁੱਕਤ ਨਹੀਂ ਹੁੰਦੀ ਸੀ ਸਿੰਗਰਾਂ ਦੀ ਅਤੇ ਹੁਣ ਹੈਗੀ ਨਹੀਂ ਚੰਗੇ ਸਮਾਨ ਦੀ ਜਿਹੜੀ ਹੈਗੀ ਹੈ ਚੰਗੇ ਕਲਾਕਾਰ ਦੀ ਚੰਗੀ ਚੀਜ਼ ਦੀ ਬੁੱਕਤ ਹਮੇਸ਼ਾ ਹਰ ਸਮੇਂ ਵਿੱਚ ਰਹੀ ਹੈ ਅਤੇ ਉਹ ਪਹਿਲਾਂ ਵੀ ਸੀ ਹੁਣ ਵੀ ਹੈ ਤੁਹਾਡਾ ਪਸੰਦੀਦਾ ਕੋਈ ਗੀਤ ਇਸ ਟਾਈਮ ਵਿੱਚ ਜੋ ਚੱਲ ਰਿਹਾ ਹੋਵੇ ਪਿੱਛੇ 'ਚ ਗੀਤ ਹੈ ਉਹਦਾ ਸਰਤਾਜ ਦਾ ਰੁਤਬਾ ਅਤੇ ਉਹ ਬੜਾ ਪਿਆਰਾ ਗੀਤ ਹੈ ਉਸ ਤੋਂ ਪਹਿਲਾਂ ਇੱਕ ਗੀਤ ਆਇਆ ਸੀ ਮੈਂ ਲੌਂਗ ਵੇ ਮੈਂ ਲੈਚੀ ਬਹੁਤ ਚੰਗੇ ਗਾਣੇ ਆ ਰਹੇ ਨੇ ਹਾਂਜੀ ਚੰਗੇ ਗਾਣੇ ਵੀ ਹੈਗੇ ਬਟ ਤੁਸੀਂ ਗੀਤ ਲਿਖਿਆ ਸੀ ਲੱਕ 28 'ਤੇ ਕੋਂਟਰੋਵਰਸੀ ਵੀ ਹੋਈ ਸੀ ਪਰ ਅੱਜ ਕੱਲ੍ਹ ਦੇ ਜਿਹੜੇ ਗਾਣੇ ਉਹ ਹੋਰ ਵੀ ਅੱਗੇ ਨੇ ਤੁਹਾਨੂੰ ਨਹੀਂ ਲੱਗਦਾ ਹੁਣ ਇਹਨਾਂ ਚੀਜ਼ਾਂ ਤੋਂ ਕੋਂਟਰੋਵਰਸੀ ਕਿਉਂ ਨਹੀਂ ਹੁੰਦੀ ਨਹੀਂ ਹੁਣ ਕੁਛ ਗਾਣੇ ਹਾਂ ਮੈਂ ਤੁਹਾਡੀ ਗੱਲ ਬਿਲਕੁਲ ਸਹੀ ਜਿਹਨਾਂ ਵਿੱਚ ਗਾਲਾਂ ਕੱਢਦੇ ਨੇ ਸਿੱਧੀਆਂ ਗਾਲਾਂ ਕੱਢਦੇ ਨੇ ਤਾਂ ਉਹ ਕੁਛ ਮਾੜਾ ਹੋ ਰਿਹਾ ਉਹ ਨਹੀਂ ਚਾਹੀਦਾ ਹੈਗਾ ਅਤੇ ਲੱਕ 28 ਦਾ ਕੁਛ ਵੀ ਨਹੀਂ ਸੀ ਉਹ ਤਾਂ ਇੱਕ ਫਿਗਰ ਸੀ ਉਹਦੇ ਵਿੱਚ ਹਾਂਜੀ ਸਿੱਧੂ ਮੂਸੇਵਾਲਾ ਦੀ ਜੇ ਮੈਂ ਗੱਲ ਕਰਾਂ ਤਾਂ ਤੁਹਾਡੇ ਪਿੰਡ ਦਾ ਸੀਗਾ ਤਾਂ ਤੁਹਾਨੂੰ ਕਿਵੇਂ ਦੇ ਗਾਣੇ ਲੱਗਦੇ ਸੀ ਉਹਨਾਂ ਦੇ ਪਹਿਲਾਂ ਗਾਣੇ ਮੈਨੂੰ ਕੁਛ ਲੱਗਦਾ ਸੀ ਵੀ ਉਹ ਜ਼ਿਆਦਾ ਯਾਨੀ ਕਿ ਲੜਾਈ ਝਗੜੇ ਵਾਲੇ ਗਾਣੇ ਨੇ ਪਰ ਹੌਲੀ ਹੌਲੀ ਜਿਵੇਂ ਸਮਾਂ ਲੰਘ ਰਿਹਾ ਸੀ ਉਹਦੇ ਗਾਣੇ 295 ਮਾਂ ਮੈਂ ਤੇਰੇ ਵਰਗਾ ਬੜੀ ਗੰਭੀਰਤਾ ਬੜੀ ਯਾਨੀ ਕਿ ਨਵੀਂ ਤਰ੍ਹਾਂ ਦੀ ਗੱਲ ਆ ਰਹੀ ਸੀ ਗਾਣਿਆਂ 'ਚ ਔਰ ਮੈਨੂੰ ਐਂ ਲੱਗਦਾ ਸੀ ਭਵਿੱਖ 'ਚ ਉਹਨੇ ਹੋਰ ਬਹੁਤ ਵਧੀਆ ਗੀਤ ਪੰਜਾਬ ਨੂੰ ਦੇਣੇ ਸੀ ਫਿਲਮ ਦੀ ਮੈਂ ਗੱਲ ਕਰਾਂ ਤਾਂ ਕੀ ਕਹਿਣਾ ਚਾਹੁੰਦੇ ਹੋ ਅਤੇ ਕੀ ਆਸ ਲਾਏ ਬੈਠੇ ਹੋ ਤੁਸੀਂ ਫਿਲਮ ਨੂੰ ਲੈ ਕੇ ਦੇਖੋ ਸੁਖਰਾਂ ਦੀ ਪਹਿਲੀ ਫਿਲਮ ਹੈ ਅਰਮਾਨ ਦੀ ਪਹਿਲੀ ਫਿਲਮ ਹੈ ਪੂਰੀ ਯੂਥ ਦੀ ਟੀਮ ਹੈ ਉਹਦੇ ਵਿੱਚ ਰਾਈਟਰ ਵੀ ਨਵੇਂ ਮੁੰਡੇ ਨੇ ਉਹਦੇ ਵਿੱਚ ਗਾਇਕ ਵੀ ਨਵੇਂ ਨੇ ਸਾਰੇ ਅਤੇ ਇੱਕ ਨਵੀਂ ਟੀਮ ਨੇ ਯੂਥ ਦੀ ਟੀਮ ਨੇ ਇੱਕ ਕੰਮ ਕੀਤਾ ਅਤੇ ਸਭ ਨੂੰ ਉਹਨਾਂ ਨੂੰ ਆਸ਼ੀਰਵਾਦ ਦੇਣ ਵਾਸਤੇ ਹੋਣਾ ਚਾਹੀਦਾ ਤੁਸੀਂ ਫਿਲਮਾਂ ਵਿੱਚ ਗੀਤ ਕਿਉਂ ਨਹੀਂ ਲਿਖਦੇ ਹੋ ਮੈਂ ਲਿਖਦਾ ਮੇਰਾ ਗੀਤ ਤੁਸੀਂ ਉਸਕੇ ਲੱਕ 20 ਵਾਲਾ ਕਹਿੰਦੇ ਤੁਸੀਂ ਇਹ ਫਿਲਮ ਦੇ ਵਿੱਚ ਹੀ ਸੀ ਦਲਜੀਤ ਦੀ ਫਿਲਮ ਦੇ ਵਿੱਚ ਸੀ ਹੁਣ ਮੇਰੀ ਫਿਲਮ ਅਗਲੀ ਆ ਰਹੀ ਹੈ ਅਲੜ ਵਰੇਸ ਉਹਦੇ ਗਾਣੇ ਮੈਂ ਲਿਖੇ ਨੇ ਇਹ ਆਲਰੇਡੀ ਪੈਕੇਜ ਕਰ ਬੈਠੇ ਸੀ ਸੁਗੋਰੀ ਇਹ ਚੰਗੇ ਸੀ ਗਾਣੇ ਮੈਨੂੰ ਕੋਈ ਗਾਣਾ ਛੇੜਨਾ ਮੈਂ ਚਾਹਿਆ ਨਹੀਂ ਹਾਂਜੀ ਧੰਨਵਾਦ ਸਰ ਧੰਨਵਾਦ ਕੱਟ ਕਰ ਦਿਓ